ते रस्ता पहाड़ दा तुरे जांदे गुरां दे लाल जी सरसा नदी ते विछोड़ा पै गया उस वेले दा सुन लो हाल जी वाटा लम्मिया ते रस्ता पहाड़ दा रात हनेरी बिजली लिशके राह जंगला दे पै गए ने रात हनेरी बिजली लिशके राह जंगला दे पै गए ने रेशम नालों सोहल शरीर नू दुखड़े सैने पै गए ने छोटी उम्र ते दोनों बाल जी माता गुजरी ओ ना दे नाल जी सरसा नदी ते विछोड़ा पै गया उस वेले दा सुन लो हाल जी वाटा लंबिया ते रस्ता पहाड़ दा कहर दी सर्दी हड्डियां चीरे बाल न्याणे कंब देने उंगली फाड़ के मां गुजरी दी राह पत्थरा दे लंघ देने कदों जीत ते जुजार वीरे आउणगे माता गुजरी नू पुछ दे सवाल जी सरसा नदी ते विछोड़ा पै गया उस वेले दा सुन लो हाल जी वाटा लम्मिया ते रस्ता पहाड़ दा उमर न्याणी दो बच्चियां दी एक मां बुढ़ी साथ करे बेदोशे इना निर्दोषा दा कौन है जो इंसाफ करे कैसी होनी ने खेडी चाल जी गंगू पापी ओ ना दे नाल जी सरसा नदी ते विछोड़ा पै गया उस वेले दा सुन लो हाल जी पटा लगिया तेरा सीता पहाड़ दा तुरे जांदे गुरां दे लाल जी सरसा नदी ते विछोड़ा पै गया उस वेले
जीवन दिया छे असा मरना कबूल पहला मरण कबूल जीवन की शट आस हो सवन की रेणका ਪਿੰਡ ਸਹੇੜੀ ਤੋਂ ਜੋ ਕਿ ਛੋਟੇ ਸਾਹਿਬਜ਼ਾਦਿਆਂ ਅਤੇ ਧੰਨ ਮਾਤਾ ਗੁਜਰ ਕੌਰ ਜੀ ਦੀ ਯਾਦ ਵਿੱਚ ਜਿੱਥੇ ਕਿ ਹਰੇਕ ਸਾਲ ਦੀ ਤਰ੍ਹਾਂ ਇਹ ਨਗਰ ਕੀਰਤਨ ਕੱਢਿਆ ਜਾਂਦਾ ਅਤੇ ਸੰਗਤਾਂ ਪਾਲਕੀ ਸਾਹਿਬ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਨੇ ਅਤੇ ਉਸੇ ਤਰ੍ਹਾਂ ਸੰਗਤਾਂ ਇਸ ਨਗਰ ਕੀਰਤਨ ਦੇ ਦਰਸ਼ਨ ਕਰਦੇ ਨੇ ਕਿਉਂਕਿ ਜੇ ਆਪਾਂ ਦੇਖੀਏ ਇਹ ਬਹੁਤ ਉਹ ਇਤਿਹਾਸਿਕ ਨਗਰ ਕੀਰਤਨ ਹੈ ਜਦੋਂ ਉਹਨਾਂ ਸ਼ਹੀਦਾਂ ਦੇ ਯਾਦ ਦੇ ਵਿੱਚ ਇਹ ਨਗਰ ਕੀਰਤਨ ਕੱਢਿਆ ਜਾਂਦਾ ਰਿਹਾ ਕਿਤੇ ਨਾ ਕਿਤੇ ਜੇ ਆਪਾਂ ਦੇਖੀਏ ਸੰਗਤਾਂ ਇਸ ਨਗਰ ਕੀਰਤਨ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਅਤੇ ਧੰਨ ਮਾਤਾ ਗੁਜਰ ਕੌਰ ਜੀ ਨੂੰ ਦੇਖਦੇ ਨੇ ਵੀ ਕਿਸ ਤਰ੍ਹਾਂ ਉਹ ਸ਼ਹੀਦ ਉਹ ਛੋਟੇ ਨਿੱਕੀਆਂ ਜਿੰਦਾ ਵੱਡੇ ਸਾਕੇ ਕਿਸ ਤਰ੍ਹਾਂ ਧੰਨ ਮਾਤਾ ਗੁਜਰ ਕੌਰ ਜੀ ਉਸ ਰਾਤ ਜਾਂ ਉਸ ਦਿਨ ਨੂੰ ਕਿਸ ਤਰ੍ਹਾਂ ਗਏ ਹੋਣਗੇ ਸਰਹੰਦ ਵਿਖੇ ਅਤੇ ਉਸੇ ਤਰ੍ਹਾਂ ਉਹਨਾਂ ਦੀ ਯਾਦ ਨੂੰ ਮੁੱਖ ਰੱਖਦਿਆਂ ਹੋਇਆਂ ਪਾਲਕੀ ਸਾਹਿਬ ਵੀ ਬੜੀ ਸੋਹਣੀ ਸੁੰਦਰ ਸਜਾਈ ਹੋਈ ਹੈ ਅਤੇ ਉਸੇ ਤਰ੍ਹਾਂ ਪਿੱਛੇ ਜੇ ਆਪਾਂ ਸੇਵਾਦਾਰਾਂ ਦੀ ਗੱਲ ਕਰੀਏ ਸੇਵਾਦਾਰ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਇਸ ਨਗਰ ਕੀਰਤਨ ਦਾ ਹਿੱਸਾ ਬਣਦੇ ਨੇ ਅਤੇ ਸੰਗਤਾਂ ਮਤਲਬ ਕਿ ਆਪਾਂ ਜੇ ਗੱਲ ਕਰੀਏ ਪੂਰਾ ਪੰਜਾਬ ਹੀ ਨਹੀਂ ਪੰਜਾਬ ਤੋਂ ਬਾਹਰ ਦੀਆਂ ਸਟੇਟਾਂ ਵਰਲਡ ਵਾਈਡ ਤੱਕ ਇਹ ਨਗਰ ਕੀਰਤਨ ਜੋ ਕਿ ਦੇਖਣ ਲਈ ਇਸ ਨਗਰ ਕੀਰਤਨ ਦੇ ਦਰਸ਼ਨ ਕਰਨ ਲਈ ਜੋ ਕਿ ਸੰਗਤਾਂ ਪਹੁੰਚਦੀਆਂ ਨੇ ਅਤੇ ਜਿੰਨੀਆਂ ਵੀ ਬਾਹਰ ਬੈਠੀਆਂ ਸੰਗਤਾਂ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਇਸ ਵੀਡੀਓ ਨੂੰ ਇੱਕ ਤਾਂ ਨਾਲ ਦੀ ਨਾਲ ਸ਼ੇਅਰ ਕਰਦੇ ਰਹੋ ਕਿਉਂਕਿ ਜਿਹੜੀਆਂ ਸੰਗਤਾਂ ਨੇ ਅੱਜ ਤੱਕ ਇਸ ਨਗਰ ਕੀਰਤਨ ਦੇ ਦਰਸ਼ਨ ਨਹੀਂ ਕੀਤੇ ਤਾਂ ਉਹ ਇਸ ਨਗਰ ਕੀਰਤਨ ਦੇ ਦਰਸ਼ਨ ਕਰ ਸਕਦੀਆਂ ਸੰਗਤਾਂ ਕਿਉਂਕਿ ਜੇ ਆਪਾਂ ਗੱਲ ਕਰੀਏ ਉਹਨਾਂ ਸ਼ਹੀਦਾਂ ਦੀ ਕੁਰਬਾਨੀ ਨੂੰ ਦੇਖਦੇ ਹੋਏ ਇਹ ਨਗਰ ਕੀਰਤਨ ਉਹਨਾਂ ਦੀ ਯਾਦ ਦੇ ਵਿੱਚ ਕੱਢਿਆ ਜਾਂਦਾ ਕਿਤੇ ਨਾ ਕਿਤੇ ਬਹੁਤ ਇਤਿਹਾਸਿਕ ਨਗਰ ਕੀਰਤਨ ਹੈ ਅਤੇ ਤਸਵੀਰਾਂ ਪਾਲਕੀ ਸਾਹਿਬ ਦੇ ਦਰਸ਼ਨ ਕਰ ਸਕਦੇ ਹੋ ਜਿੱਥੇ ਪਾਲਕੀ ਸਾਹਿਬ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਕਿ ਸੁਸ਼ੋਭਿਤ ਨੇ ਅਤੇ ਸੰਗਤਾਂ ਦਰਸ਼ਨ ਕਰ ਰਹੀਆਂ ਨੇ ਨਮ ਅੱਖਾਂ ਦੇ ਨਾਲ ਸਾਰੀ ਰਾਤ ਪੈਦਲ ਯਾਤਰਾ ਇਹ ਨਗਰ ਕੀਰਤਨ ਕੱਢਿਆ ਜਾਂਦਾ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇਸ ਨਗਰ ਕੀਰਤਨ ਦਾ ਹਿੱਸਾ ਬਣਦੀਆਂ ਨੇ ਅਤੇ ਤਸਵੀਰਾਂ ਨਾਲ ਦੀ ਨਾਲ ਇਸ ਵੀਡੀਓ ਨੂੰ ਬਾਹਰਲੀ ਸੰਗਤਾਂ ਤੱਕ ਜ਼ਰੂਰ ਪਹੁੰਚਾਇਓ ਅਤੇ ਉਹ ਇਤਿਹਾਸਿਕ ਨਗਰ ਕੀਰਤਨ ਹੈ ਜਦੋਂ ਛੋਟੇ ਸਾਹਿਬਜ਼ਾਦੇ ਅਤੇ ਧੰਨ ਮਾਤਾ ਗੁਜਰ ਕੌਰ ਜੀ ਗੁਰਦੁਆਰਾ ਕੋਤਵਾਲੀ ਸਾਹਿਬ ਤੋਂ ਕਿਸ ਤਰ੍ਹਾਂ ਜੋ ਕਿ ਸਰਹੰਦ ਵਿਖੇ ਜੋ ਕਿ ਇਸ ਇਤਿਹਾਸਿਕ ਨਗਰ ਕੀਰਤਨ ਦੇ ਦਰਸ਼ਨ ਕਰ ਸਕਦੇ ਹੋ ਜਦੋਂ ਛੋਟੇ ਸਾਹਿਬਜ਼ਾਦੇ ਗੁਰਦੁਆਰਾ ਕੋਤਵਾਲੀ ਸਾਹਿਬ ਤੋਂ ਕਿਸ ਤਰ੍ਹਾਂ ਮੁਗਲ ਉਹਨਾਂ ਨੂੰ ਰੱਥ ਦੇ ਉੱਪਰ ਬਿਠਾ ਕੇ ਜੋ ਕਿ ਸਰਹੰਦ ਵਿਖੇ ਲੈ ਕੇ ਗਏ ਸੀ ਅਤੇ ਉਹਨਾਂ ਦੀ ਸ਼ਹੀਦਾਂ ਦੀ ਯਾਦ ਦੇ ਵਿੱਚ ਦੇਖ ਸਕਦੇ ਹੋ ਦੋ ਬਲਦਾਂ ਨੂੰ ਪੂਰੀ ਤਰ੍ਹਾਂ ਸਜਾ ਕੇ ਮਤਲਬ ਕਿ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕੀਤਾ ਜਾ ਰਿਹਾ ਕਿਤੇ ਨਾ ਕਿਤੇ ਬਹੁਤ ਵੱਡੀ ਸ਼ਰਧਾਂਜਲੀ ਜੋ ਕਿ ਸਿੱਖ ਕੌਮ ਵੱਲੋਂ ਇੱਥੋਂ ਦੇ ਇਲਾਕੇ ਵੱਲੋਂ ਜੋ ਕਿ ਦਿੱਤੀ ਜਾਂਦੀ ਹੈ ਅਤੇ ਸੰਗਤਾਂ ਵੱਧ ਚੜ੍ਹ ਕੇ ਪਹੁੰਚਦੀਆਂ ਨੇ ਇਸ ਨਗਰ ਕੀਰਤਨ ਦੇ ਵਿੱਚ ਦੇਖ ਸਕਦੇ ਉਸੇ ਤਰ੍ਹਾਂ ਰੱਥ ਨੂੰ ਸਜਾ ਕੇ ਇਹ ਰੱਥ ਹਰੇਕ ਸਾਲ ਇਸ ਨਗਰ ਕੀਰਤਨ ਦਾ ਹਿੱਸਾ ਬਣਦੇ ਨੇ ਇਹ ਬਲਦ ਵੀ ਇਸ ਨਗਰ ਕੀਰਤਨ ਦਾ ਹਿੱਸਾ ਬਣਦੇ ਨੇ ਬਹੁਤ ਵੱਡੀਆਂ ਸੇਵਾਵਾਂ ਇਹਨਾਂ ਸੰਗਤਾਂ ਵੱਲੋਂ ਜਿੱਥੇ ਕਿ ਗੁਰਦੁਆਰਾ ਰੱਥ ਸਾਹਿਬ ਵੱਲੋਂ ਇਹ ਨਗਰ ਕੀਰਤਨ ਪਿੰਡ ਸਹੇੜੀ ਤੋਂ ਕੱਢਿਆ ਜਾਂਦਾ ਅਤੇ ਰੱਥ ਸਾਹਿਬ ਦੇ ਦਰਸ਼ਨ ਕਰ ਸਕਦੇ ਹੋ ਸੰਗਤਾਂ ਜਿੱਥੇ ਇਸ ਰੱਥ ਸਾਹਿਬ ਦੇ ਵੀ ਦਰਸ਼ਨ ਕਰਦੇ ਨੇ ਉੱਥੇ ਹੀ ਸੰਗਤਾਂ ਦੀ ਅੱਖਾਂ ਦੇ ਵਿੱਚ ਇੱਕ
ਅੱਖਾਂ ਨਮ ਹੋ ਜਾਂਦੀਆਂ ਨੇ ਕਿਉਂਕਿ ਸੰਗਤਾਂ ਮਹਿਸੂਸ ਕਰਦੀਆਂ ਨੇ ਵੀ ਕਿਤੇ ਛੋਟੇ ਸਾਹਿਬਜ਼ਾਦੇ ਅਤੇ ਧੰਨ ਮਾਤਾ ਗੁਜਰ ਕੌਰ ਜੀ ਇਸ ਰੱਥ ਦੇ ਵਿੱਚ ਮੌਜੂਦ ਹੋਣਗੇ ਕਿਤੇ ਨਾ ਕਿਤੇ। ਉਸੇ ਤਰ੍ਹਾਂ ਦੇਖ ਸਕਦੇ ਹੋ ਤੁਸੀਂ ਵੀ ਨਾ, ਹੁਣ ਜੇ ਆਪਾਂ ਟਾਈਮ ਦੀ ਗੱਲ ਕਰੀਏ ਤਕਰੀਬਨ 9 ਵਜੇ ਦਾ ਟਾਈਮ ਹੋ ਚੁੱਕਿਆ। ਇਹ ਮਰਿੰਡੇ ਸ਼ਹਿਰ ਦੀਆਂ ਤਸਵੀਰਾਂ ਨੇ ਅਤੇ ਇਸੇ ਤਰ੍ਹਾਂ ਇਹ ਨਗਰ ਕੀਰਤਨ ਨਗਾਵੇ ਤੋਂ ਹੁੰਦਾ ਹੋਇਆ ਬਸੀ ਪਠਾਣਾ 1:30-2:30 ਵਜੇ ਦੇ ਕਰੀਬ ਪਹੁੰਚੂਗਾ ਅਤੇ ਉਸ ਤੋਂ ਬਾਅਦ ਜੋ ਕਿ ਸਵੇਰੇ 4:15-4 ਵਜੇ ਦੇ ਕਰੀਬ ਗੁਰਦੁਆਰਾ ਜੋਤੀ ਸਰੂਪ ਸਾਹਿਬ ਵਿਖੇ ਇਸ ਨਗਰ ਕੀਰਤਨ ਦੀ ਸਮਾਪਤੀ ਹੁੰਦੀ ਹੈ। ਜਾਂਦੇ ਗੁਰਾਂ ਦੇ ਲਾਲ ਜੀ, ਸਰਸਾ ਨਦੀ ਤੇ ਵਿਛੋੜਾ ਪੈ ਗਿਆ, ਉਸ ਵੇਲੇ ਦਾ ਸੁਣ ਲਓ ਹਾਲ ਜੀ। ਵਾਟਾਂ ਲੰਬੀਆਂ ਤੇ ਰਸਤਾ ਪਹਾੜ ਦਾ, ਰਾਤ ਹਨੇਰੀ ਬਿਜਲੀ ਲਿਸ਼ਕੇ ਰਾਹ ਜੰਗਲਾਂ ਦੇ ਪੈ ਗਏ ਨੇ, ਰਾਤ ਹਨੇਰੀ ਬਿਜਲੀ ਲਿਸ਼ਕੇ ਰਾਹ ਜੰਗਲਾਂ ਦੇ ਪੈ ਗਏ ਨੇ, ਰੇਸ਼ਮ ਨਾਲੋਂ ਸੋਹਲ ਸਰੀਰ ਨੂੰ ਦੁਖੜੇ ਸਹਿਣੇ ਪੈ ਗਏ ਨੇ। ਛੋਟੀ ਉਮਰ ਦੇ ਦੋਨੋ ਬਾਲ ਜੀ, ਮਾਤਾ ਗੁਜਰੀ ਉਹਨਾਂ ਦੇ ਨਾਲ ਜੀ, ਸਰਸਾ ਨਦੀ ਤੇ ਵਿਛੋੜਾ ਪੈ ਗਿਆ, ਉਸ ਵੇਲੇ ਦਾ ਸੁਣ ਲਓ ਹਾਲ ਜੀ। ਵਾਟਾਂ ਲੰਬੀਆਂ ਤੇ ਰਸਤਾ ਪਹਾੜ ਦਾ, ਕਹਿਰ ਦੀ ਸਰਦੀ ਹੱਡੀਆਂ ਚੀਰੇ, ਬਾਲ ਨਿਆਣੇ ਕੰਬਦੇ ਨੇ, ਉਂਗਲੀ ਫੜ ਕੇ ਮਾਂ ਗੁਜਰੀ ਦੀ ਰਾਹ ਪੱਥਰਾਂ ਦੇ ਲੰਘਦੇ ਨੇ। ਕਦੋਂ ਜੀਤ ਤੇ ਜੁਝਾਰ ਵੀਰੇ ਆਉਣਗੇ, ਮਾਤਾ ਗੁਜਰੀ ਨੂੰ ਪੁੱਛਦੇ ਸਵਾਲ ਜੀ, ਸਰਸਾ ਨਦੀ ਤੇ ਵਿਛੋੜਾ ਪੈ ਗਿਆ, ਉਸ ਵੇਲੇ ਦਾ ਸੁਣ ਲਓ ਹਾਲ ਜੀ। ਵਾਟਾਂ ਲੰਬੀਆਂ ਤੇ ਰਸਤਾ ਪਹਾੜ ਦਾ, ਉਮਰ ਨਿਆਣੀ ਦੋ ਬੱਚਿਆਂ ਦੀ, ਇੱਕ ਮਾਂ ਬੁੱਢੜੀ ਸਾਥ ਕਰੇ, ਬੇਦੋਸ਼ੇ ਇਹਨਾਂ ਨਿਰਦੋਸ਼ਾਂ ਦਾ, ਕੌਣ ਹੈ ਜੋ ਇਨਸਾਫ ਕਰੇ। ਕੈਸੀ ਹੋਣੀ ਨੇ ਖੇਡੀ ਚਾਲ ਜੀ, ਗੰਗੂ ਪਾਪੀ ਉਹਨਾਂ ਦੇ ਨਾਲ ਜੀ, ਸਰਸਾ ਨਦੀ ਤੇ ਵਿਛੋੜਾ ਪੈ ਗਿਆ, ਉਸ ਵੇਲੇ ਦਾ ਸੁਣ ਲਓ ਹਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦਰਸ਼ਨ ਕਰ ਰਹੇ ਹੋ ਉਸ ਇਤਿਹਾਸਿਕ ਨਗਰ ਕੀਰਤਨ ਦੇ, ਜਿਸ ਤਰ੍ਹਾਂ ਅਸੀਂ ਤੁਹਾਨੂੰ ਪਹਿਲਾਂ ਜੋ ਕਿ ਸਰਸਾ ਨਦੀ ਤੋਂ ਦਰਸ਼ਨ ਕਰਵਾਏ ਸੀ ਨਗਰ ਕੀਰਤਨ ਦੇ, ਜਿਸ ਤਰ੍ਹਾਂ ਛੋਟੇ ਸਾਹਿਬਜ਼ਾਦੇ ਅਤੇ ਧੰਨ ਮਾਤਾ ਗੁਜਰ ਕੌਰ ਜੀ ਸਰਸਾ ਨਦੀ 'ਤੇ ਵਿਛੜ ਜਾਂਦੇ ਨੇ ਅਤੇ ਕੁੰਭਾ ਮਾਸ਼ਕੀ ਪਹੁੰਚਦੇ ਨੇ, ਉਸ ਝੁੱਗੀ ਦੇ ਵਿੱਚ ਪਹੁੰਚਦੇ ਨੇ ਅਤੇ ਉਸ ਤੋਂ ਬਾਅਦ ਅੱਜ ਤੱਕ ਉਹ ਨਗਰ ਕੀਰਤਨ ਉਹਨਾਂ ਦੀ ਯਾਦ ਵਿੱਚ ਕੱਟਿਆ ਜਾਂਦਾ। ਅਤੇ ਇਹ ਜਿਸ ਨਗਰ ਕੀਰਤਨ ਦੇ ਅੱਜ ਤੁਹਾਨੂੰ ਅਸੀਂ ਦਰਸ਼ਨ ਕਰਵਾ ਰਹੇ ਉਹ ਇਤਿਹਾਸਿਕ ਨਗਰ ਕੀਰਤਨ ਹੈ, ਜਦੋਂ ਗੰਗੂ ਬ੍ਰਾਹਮਣ ਦੇ ਨਾਲ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦੇ ਪਿੰਡ ਸਹੇੜੀ ਪਹੁੰਚਦੇ ਨੇ ਅਤੇ ਇੱਕ ਰਾਤ ਉੱਥੇ ਅਟਕਦੇ ਨੇ, ਮਤਲਬ ਕਿ ਗੁਰਦੁਆਰਾ ਅਟਕ ਸਾਹਿਬ ਬਣਿਆ ਹੋਇਆ ਅਤੇ ਗੁਰਦੁਆਰਾ ਰੱਥ ਸਾਹਿਬ ਵੀ ਉੱਥੇ ਮੌਜੂਦ ਹੈ। ਅਤੇ ਇਹ ਨਗਰ ਕੀਰਤਨ ਹਰੇਕ ਸਾਲ ਦੀ ਤਰ੍ਹਾਂ ਜੋ ਕਿ ਉਹਨਾਂ ਦੀ ਯਾਦ ਵਿੱਚ 25 ਤਰੀਕ ਨੂੰ, ਮਤਲਬ ਕਿ ਅੱਜ 25 ਤਰੀਕ ਹੈ, ਅਤੇ ਪਿੰਡ ਸਹੇੜੀ ਤੋਂ ਗੁਰਦੁਆਰਾ ਰੱਥ ਸਾਹਿਬ ਤੋਂ ਕੱਢਿਆ ਜਾਂਦਾ ਅਤੇ ਸੰਗਤਾਂ ਵੱਧ ਚੜ੍ਹ ਕੇ ਇਸ ਨਗਰ ਕੀਰਤਨ ਦੇ ਵਿੱਚ, ਜੋ ਕਿ ਇਸ ਪਵਿੱਤਰ ਨਗਰ ਕੀਰਤਨ ਦੇ ਵਿੱਚ, ਇਤਿਹਾਸਿਕ ਨਗਰ ਕੀਰਤਨ ਦੇ ਦਰਸ਼ਨ ਕਰਦੀਆਂ ਨੇ। ਬਹੁਤ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤਾਂ ਇਸ ਨਗਰ ਕੀਰਤਨ ਦੇ ਵਿੱਚ ਪਹੁੰਚਦੀਆਂ ਨੇ। ਜੇ ਆਪਾਂ ਗੱਲ ਕਰੀਏ, ਮਤਲਬ ਕਿ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਸੇਵਾ ਜੋ ਕਿ ਨੰਗੇ ਪੈਰੀ ਸੇਵਾ ਵਾ, ਇਸ ਰਾਤ ਨੂੰ ਇਸ ਨਗਰ ਕੀਰਤਨ ਦੇ ਵਿੱਚ ਹੱਥਾਂ ਦੇ ਵਿੱਚ ਝਾੜੂ ਫੜ ਕੇ ਹੋਈ ਬਿਰਾਗਮੈ ਨਗਰ ਕੀਰਤਨ ਉਹਨਾਂ ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਕੱਢਿਆ ਜਾਂਦਾ। ਧੰਨ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦੇ, ਜਿਸ ਤਰ੍ਹਾਂ ਸਹੇੜੀ ਤੋਂ ਜੇ ਆਪਾਂ ਗੱਲ ਕਰੀਏ ਗੁਰਦੁਆਰਾ ਕੋਤਵਾਲੀ ਸਾਹਿਬ ਵਿਖੇ, ਜਦੋਂ ਜਾਨੀ ਖਾਂ ਮਾਨੀ ਖਾਂ ਛੋਟੇ ਸਾਹਿਬਜ਼ਾਦਿਆਂ ਨੂੰ
ਅਤੇ ਧੰਨਵਾਦ ਗੁਜਰ ਕੌਰ ਜੀ ਨੂੰ ਫੜ ਕੇ ਲੈ ਜਾਂਦੇ ਨੇ ਜੇਲ੍ਹ ਦੇ ਵਿੱਚ ਕੋਤਵਾਲੀ ਜੋ ਕਿ ਅੱਜ ਗੁਰਦੁਆਰਾ ਕੋਤਵਾਲੀ ਸਾਹਿਬ ਬਣਿਆ ਹੋਇਆ ਜੇਲ੍ਹ ਦੇ ਵਿੱਚ ਰੱਖਦੇ ਨੇ ਅਤੇ ਉਸ ਤੋਂ ਬਾਅਦ ਜਦੋਂ ਫਤਿਹਗੜ੍ਹ ਸਾਹਿਬ ਲਿਜਾਇਆ ਜਾਂਦਾ ਛੋਟੇ ਸਾਹਿਬਜ਼ਾਦਿਆਂ ਨੂੰ ਅਤੇ ਧੰਨਵਾਦ ਗੁਜਰ ਕੌਰ ਜੀ ਨੂੰ ਜਿਸ ਰੱਥ ਦੇ ਵਿੱਚ ਉਹ ਜਾਂਦੇ ਨੇ ਅਤੇ ਉਸੇ ਤਰ੍ਹਾਂ ਇਹ ਨਗਰ ਕੀਰਤਨ ਉਹਨਾਂ ਦੀ ਯਾਦ ਦੇ ਵਿੱਚ ਇਹ ਕੱਢਿਆ ਜਾ ਰਿਹਾ ਅਤੇ ਤਸਵੀਰਾਂ ਉਸੇ ਤਰ੍ਹਾਂ ਜੋ ਕਿ ਪਾਲਕੀ ਸਾਹਿਬ ਦੇ ਦਰਸ਼ਨ ਦੀਦਾਰੇ ਕਰ ਸਕਦੇ ਹੋ ਕਿਉਂਕਿ ਫੁੱਲਾਂ ਦੀ ਵਰਖਾ ਲਗਾਤਾਰ ਸੜਕ ਦੇ ਉੱਪਰ ਕੀਤੀ ਜਾਂਦੀ ਹੈ। ਮਤਲਬ ਜੀ ਆਪਾਂ ਗੱਲ ਕਰੀਏ ਸੰਗਤਾਂ ਇਸ ਨਗਰ ਕੀਰਤਨ ਦੇ ਵਿੱਚ ਵੱਧ ਚੜ ਕੇ ਸੇਵਾਵਾਂ ਨਿਭਾਉਂਦੀਆਂ ਨੇ ਜਿੱਥੇ ਕਿ ਇਹ ਮਹਾਨ ਨਗਰ ਕੀਰਤਨ ਸ਼ਹੀਦੀ ਦਿਹਾੜਾ ਜੇ ਆਪਾਂ ਗੱਲ ਕਰੀਏ ਅੱਜ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਜਿਹੜੀ ਸ਼ਹੀਦੀ ਸਭਾ ਅੱਜ ਸਟਾਰਟ ਹੋ ਚੁੱਕੀ ਹੈ ਅਤੇ ਦਰਸ਼ਨ ਕਰ ਸਕਦੇ ਹੋ ਪਾਲਕੀ ਸਾਹਿਬ ਦੇ ਸਾਹਮਣੇ ਸੰਗਤਾਂ ਵੱਧ ਚੜ ਕੇ ਇਸ ਨਗਰ ਕੀਰਤਨ ਦੇ ਵਿੱਚ ਸੰਗਤਾਂ ਵੱਧ ਚੜ ਕੇ ਇਸ ਨਗਰ ਕੀਰਤਨ ਦਾ ਹਿੱਸਾ ਬਣਦੀਆਂ ਨੇ ਜਿਸ ਤਰ੍ਹਾਂ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੀਆਂ ਨੇ ਜਿਸ ਤਰ੍ਹਾਂ ਧੰਨਵਾਦ ਗੁਜਰ ਕੌਰ ਜੀ ਦੇ ਛੋਟੇ ਸਾਹਿਬਜ਼ਾਦੇ ਜਿਸ ਤਰ੍ਹਾਂ ਉਸ ਦਿਨ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ 'ਤੇ ਗਏ ਸੀਗੇ ਅਤੇ ਉਸੇ ਤਰ੍ਹਾਂ ਇਹ ਨਗਰ ਕੀਰਤਨ ਦੇ ਇੱਕ ਬਹੁਤ ਮਤਲਬ ਕਿ ਬਹੁਤ ਇੱਕ ਵਿਰਾਗਮਈ ਨਗਰ ਕੀਰਤਨ ਹੈ ਕਿਉਂਕਿ ਸੰਗਤਾਂ ਨੰਗੇ ਪੈਰੀ ਇਸ ਨਗਰ ਕੀਰਤਨ ਦਾ ਹਿੱਸਾ ਬਣਦੇ ਨੇ ਅਤੇ ਸਾਰੀ ਰਾਤ ਇਹ ਨਗਰ ਕੀਰਤਨ ਪੈਦਲ ਚੱਲ ਕੇ ਸੰਗਤਾਂ ਵੱਧ ਚੜ ਕੇ ਪਹੁੰਚਦੇ ਨੇ ਅਤੇ ਜਿੱਦਾਂ ਜੇ ਅੱਖਾਂ ਇਸ ਨਗਰ ਕੀਰਤਨ ਦੇ ਵਿੱਚ ਨਮ ਹੁੰਦੀਆਂ ਨੇ ਕਿਤੇ ਨਾ ਕਿਤੇ ਬਹੁਤ ਪਵਿੱਤਰ ਨਗਰ ਕੀਰਤਨ ਹੈ। ਜੇ ਆਪਾਂ ਗੱਲ ਕਰੀਏ ਤਕਰੀਬਨ 11-12 ਵਜੇ ਦੇ ਕਰੀਬ ਇਹ ਨਗਰ ਕੀਰਤਨ ਪਿੰਡ ਸਹੇੜੀ ਤੋਂ ਨਿਕਲਦਾ ਅਤੇ ਸਾਰੀ ਰਾਤ ਸੰਗਤਾਂ ਪੈਦਲ ਜਾਂਦੀਆਂ ਨੇ ਇਸ ਨਗਰ ਕੀਰਤਨ ਦੇ ਵਿੱਚ ਸਾਰੀ ਰਾਤ। ਜੇ ਆਪਾਂ ਗੱਲ ਕਰੀਏ ਸਹੇੜੀ ਮਰਿੰਡਾ ਮਰਿੰਡੇ ਸ਼ਹਿਰ ਦੇ ਸੰਗਤਾਂ ਵੱਲੋਂ ਲੰਗਰ ਲਗਾਏ ਗਏ ਨੇ ਅਤੇ ਇਸ ਨਗਰ ਕੀਰਤਨ ਦੇ ਦਰਸ਼ਨ ਕੀਤੇ ਜਾਂਦੇ ਨੇ ਅਤੇ ਉਸ ਤੋਂ ਬਾਅਦ ਨਗਾਵਾਂ ਦੇ ਸੰਗਤਾਂ ਵੱਲੋਂ ਇਸ ਨਗਰ ਕੀਰਤਨ ਦਰਸ਼ਨ ਕੀਤੇ ਨੇ। ਤਸਵੀਰਾਂ ਰੱਥ ਸਾਹਿਬ ਦੇ ਦਰਸ਼ਨ ਕਰ ਸਕਦੇ ਹੋ। ਰੱਥ ਨੂੰ ਪੂਰਾ ਸੋਹਣਾ ਬਣਾਇਆ ਗਿਆ ਸਜਾਵਟ ਦੇਖ ਸਕਦੇ ਰੱਥ ਸਾਹਿਬ ਦੀ ਜਿਸ ਤਰ੍ਹਾਂ ਛੋਟੇ ਸਾਹਿਬਜ਼ਾਦੇ ਦੇ ਧੰਨਵਾਦ ਗੁਜਰ ਕੌਰ ਜੀ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ 'ਤੇ ਜਦੋਂ ਗੁਰਦੁਆਰਾ ਕੋਤਵਾਲੀ ਸਾਹਿਬ ਦੀ ਜੇਲ੍ਹ ਦੇ ਵਿੱਚ ਉਹਨਾਂ ਨੂੰ ਉੱਥੇ ਰੱਖਿਆ ਗਿਆ ਸੀ ਉਸ ਤੋਂ ਬਾਅਦ ਜਦੋਂ ਸਰਹੰਦ ਵਿਖੇ ਲਿਜਾਇਆ ਜਾਂਦਾ ਅਤੇ ਉਸੇ ਤਰ੍ਹਾਂ ਇਹ ਨਗਰ ਕੀਰਤਨ ਉਹਨਾਂ ਸ਼ਹੀਦਾਂ ਨੂੰ ਯਾਦ ਵਿੱਚ ਇਹ ਨਗਰ ਕੀਰਤਨ ਉਸੇ ਤਰ੍ਹਾਂ ਲਿਜਾਇਆ ਜਾਂਦਾ ਅਤੇ ਕਿਹਾ ਉਹਨਾਂ ਚੀਜ਼ਾਂ ਨੂੰ ਦੇਖ ਕੇ ਕਹੀ ਜਾਂਦੇ ਆ ਦਸਵੇਂ ਪਾਤਸ਼ਾਹ। ਮੈਂ ਤੁਹਾਨੂੰ ਖੂਨ ਦੀ ਗੱਲ ਕਰਦਾ ਜਦੋਂ ਰੌਲਾ ਪੈ ਗਿਆ ਵੀ ਦਸਵੇਂ ਪਾਤਸ਼ਾਹ ਸ਼ਹੀਦ ਹੋ ਗਿਆ। ਸ਼ਹੀਦ ਆਪਾਂ ਕਹਿੰਦੇ ਉਹ ਕਹਿੰਦੇ ਦਸਵੇਂ ਪਾਤਸ਼ਾਹ ਮਾਰ ਲਿਆ। ਉਹ ਇਹ ਬੋਲੀ ਬੋਲਦੇ ਆ ਸਿੱਖੇ ਬੰਦੇ ਨੂੰ ਹੰਕਾਰੀ ਬੰਦੇ ਗੁਰੂ ਘਰ ਚ ਕਦੇ ਥਾਂ ਨੀ ਮਿਲੂ ਸਿੱਖੇ ਬੰਦੇ ਕਦੇ ਉਹ ਕਰੋ ਇਹਨਾਂ ਨੂੰ ਅਖਬਾਰ ਨਾਬਾਲਕ ਇਹ ਨਾਬਾਲਕ ਹੈ
छेती नमालक नु सजा नहीं मिलती। ए भी नमालक है, एक हजे पूरा 7 साल का नहीं होया, एक 9 साल का नहीं। कहे जा सीन होना है जो कहना कोई शरा नहीं कहीं भी। मसूम कहे जे बच्चा आप कोई सजा दे देंगे, कहते सर यो करो सजा मिल के नहीं सकती है। एक नेक चलनी की जवान थोड़ी है, नेक चलनी की जवान थोड़ू कहेंगे बंदा मन जे हूं दस कहना भी मैं तुम छप दिना और 6 महीनों की जा साल की कभी बादशाह के पुत्र है जिदिया रगा च 10वें पातशाह का खून हो गए। मैं एक बेनती करा छोटी जी, पीर बुद्धू शाह श्री पीर बुद्धू शाह सनौड़े दे रहन वाले जदों 10वें पातशाह चमकौर की गढ़ी चो ਸਮਾਗਮ ਸੀ ਵੀਰੋ 3 ਘੰਟੇ ਯਾਰ ਖੰਡ ਮਹਿਲ ਮਹਿਲ ਦੇ ਲਾਈਵ ਕਰਕੇ ਇਹਨਾਂ ਚ सुन लो हाल जी, वाटा लम्बिया ते रस्ता पहाड़ दा, रात हनेरी बिजली लिशके राह जंगला दे पै गए ने, रात हनेरी बिजली लिशके राह जंगला दे पै गए ने, रेशम नालों सोहल शरीर नू दुखड़े सैने पै गए ने, छोटी उम्र ते दोनों बाल जी, माता गुजरी ओ ना दे नाल जी, सरसा नदी ते विछोड़ा पै गया, उस वेले दा सुन लो हाल जी, वाटा लम्बिया ते रस्ता पहाड़ दा, कहर दी सर्दी हड्डियां चीरे बाल न्याणे कंब देने, उंगली फाड़ के मां गुजरी दी राह पत्थरा दे लंग देने, कदों जीत ते जुजार वीरे आउणगे माता गुजरी नू पुछ दे सवाल जी, सरसा नदी ते विछोड़ा पै गया, उस वेले दा सुन लो हाल जी, वाटा लम्बिया ते रस्ता पहाड़ दा, उम्र न्याणी दो बच्चियां दी इक मां बुढ़ड़ी साथ करे, बेदोशे इना निर्दोषां दा कौन है जो इंसाफ करे, कैसी होनी ने खेड़ी चाल जी, गंगू पापी ओ ना दे नाल जी, सरसा नदी ते विछोड़ा पै गया, उस वेले दा सुन लो हाल जी,
ਬਾਟਾ ਲੰਘਿਆ ਤੇ ਰਸਤਾ ਪਹਾੜ ਦਾ ਤੁਰੇ ਜਾਂਦੇ ਗੁਰਾਂ ਦੇ ਲਾਲ ਜੀ ਸਰਸਾ ਨਦੀ ਤੇ ਵਿਚੋਂਗਾ ਪੈ ਗਿਆ ਉਸ ਵੇਲੇ ਤਾਂ ਸੁਣ ਲਓ ਹਾਲ ਜੀ ਉਸ ਵੇਲੇ ਤਾਂ ਸੁਣ ਲਓ ਹਾਲ ਜੀ ਉਸ ਵੇਲੇ ਤਾਂ ਸੁਣ ਲਓ ਹਾਲ ਜੀ ਵਾਟਾਂ ਲੰਬੀਆਂ ਤੇ ਰਸਤਾ ਪਹਾੜ ਦਾ रात हनेरी बिजली लिशके राह जंगला दे पै गए ने रात हनेरी बिजली लिशके राह जंगला दे पै गए ने रेशम नालों सोहल शरीर नू दुखड़े सैने पै गए ने छोटी उम्र ते दोनों बाल जी माता गुजरी ओ ना दे नाल जी सरसा नदी ते विछोड़ा पै गया उस वेले दा सुन लो हाल जी वाटा लम्बिया ते रस्ता पहाड़ दा कहर दी सर्दी हड्डियां चीरे बाल न्याणे कंब देने उंगली फाड़ के मां गुजरी दी राह पत्थरा दे लंघ देने कदों जीत ते जुजार वीरे आउणगे माता गुजरी नू पुछ दे सवाल जी सरसा नदी ते विछोड़ा पै गया उस वेले दा सुन लो हाल जी वाटा लम्बिया ते रस्ता पहाड़ दा उम्र न्याणी दो बच्चियां दी एक मां बुढ़ी साथ करे बेदोशे इना निर्दोषा दा कौन है जो इंसाफ करे कैसी होनी ने खेडी चाल जी गंगू पापी ओ ना दे नाल जी सरसा नदी ते विछोड़ा पै गया उस वेले दा सुन लो हाल जी ਵਾਟਾਂ ਲੰਬੀਆਂ ਤੇ ਰਸਤਾ ਪਹਾੜ ਦਾ ਤੁਰੇ ਜਾਂਦੇ ਗੁਰਾਂ ਦੇ ਲਾਲ ਜੀ ਸਰਸਾ ਨਦੀ ਤੇ ਵਿਛੋੜਾ ਪੈ ਗਿਆ ਉਸ ਵੇਲੇ ਦਾ ਸੁਣ ਲਓ ਹਾਲ ਜੀ ਉਸ ਵੇਲੇ ਦਾ ਸੁਣ ਲਓ ਹਾਲ ਜੀ ਉਸ ਵੇਲੇ ਦਾ ਸੁਣ ਲਓ ਹਾਲ ਜੀ ਵਾਟਾਂ ਲੰਬੀਆਂ ਤੇ ਰਸਤਾ ਪਹਾੜ ਦਾ ਰਾਤ ਹਨੇਰੀ ਬਿਜਲੀ ਲਿਸ਼ਕੇ ਰਾਹ ਜੰਗਲਾਂ ਦੇ ਪੈ ਗਏ ਨੇ ਰਾਤ ਹਨੇਰੀ ਬਿਜਲੀ ਲਿਸ਼ਕੇ राह जंगला दे पै गए ने रेशम नालों सोहल शरीर नू दुखड़े सैने पै गए ने छोटी उम्र ते दोनों बाल जी माता गुजरी ओ ना दे नाल जी सरसा नदी ते विछोड़ा पै गया उस वेले दा सुन लो हाल जी वाटा लम्बिया ते रस्ता पहाड़ दा कहर दी सर्दी हड्डियां चीरे बाल न्याणे कंब देने उंगली फाड़ के मां गुजरी दी राह पत्थरा दे लंघ देने कदों जीत ते जुजार वीरे आउणगे
माता गुजरी नू पुछ दे सवाल जी, सरसा नदी ते विछोड़ा पै गया, उस वेले दा सुन लो हाल जी, वाटा लम्बिया ते रस्ता पहाड़ दा, उम्र न्याणी दो बच्चियां दी, एक मां बुढ़ी साथ करे, बेदोषे इना निर्दोषा दा, कौन है जो इंसाफ करे, कैसी होनी ने खेडी चाल जी, गंगू पापी ओ ना दे नाल जी, सरसा नदी ते विछोड़ा पै गया, उस वेले दा सुन लो हाल जी, वाटा लम्बिया ते रस्ता पहाड़ दा, तुरे जांदे गुरां दे लाल जी, सरसा नदी ते विछोड़ा पै गया, उस वेले दा सुन लो हाल जी, उस वेले दा सुन लो हाल जी, उस वेले दा सुन लो हाल जी, वाटा लम्बिया ते रस्ता पहाड़ दा, रात हनेरी बिजली लिशके, राह जंगला दे पै गए ने, रात हनेरी बिजली लिशके, राह जंगला दे पै गए ने, रेशम नालों सोहल शरीर नू दुखड़े सैने पै गए ने, छोटी उम्र ते दोनों बाल जी, माता गुजरी ओ ना दे नाल जी, सरसा नदी ते विछोड़ा पै गया, उस वेले दा सुन लो हाल जी, वाटा लम्बिया ते रस्ता पहाड़ दा, कहर दी सर्दी हड्डियां चीरे, बाल न्याणे कंबदे ने, उंगली फाड़ के मां गुजरी दी, राह पत्थरा दे लंघ दे ने, कदों जीत ते जुझार वीरे आउणगे, माता गुजरी नू पुछ दे सवाल जी, सरसा नदी ते विछोड़ा पै गया, उस वेले दा सुन लो हाल जी, वाटा लम्बिया ते रस्ता पहाड़ दा, उम्र न्याणी दो बच्चियां दी, एक मां बुढ़ी साथ करे, बेदोषे इना निर्दोषा दा, कौन है जो इंसाफ करे, कैसी होनी ने खेडी चाल जी, गंगू पापी ओ ना दे नाल जी, सरसा नदी ते विछोड़ा पै गया, उस वेले दा सुन लो हाल जी, माता लम्बिया ते रस्ता पहाड़ दा, तुरे जांदे गुरां दे लाल जी, सरसा नदी ते विछोड़ा पै गया, उस वेले दा सुन लो हाल जी, उस वेले दा सुन लो हाल जी, उस वेले दा सुन लो हाल जी, वाटा लम्बिया ते रस्ता पहाड़ दा, रात हनेरी बिजली लिशके, राह जंगला दे पै गए ने, रात हनेरी बिजली लिशके, राह जंगला दे पै गए ने, रेशम नालों
सोहल शरीर नू दुखड़े सैने पै गए ने। छोटी उम्र ते दोनों बाल जी, माता गुजरी ओ ना दे नाल जी, सरसा नदी ते विछोड़ा पै गया। उस वेले दा सुन लो हाल जी, वाटा लम्मिया ते रस्ता पहाड़ दा, कहर दी सर्दी हड्डियां चीरे, बाल न्याणे कंबदे ने, उंगली फाड़ के मां गुजरी दी, राह पत्थरा दे लंग दे ने। कदों जीत ते जुजार वीरे आउणगे, माता गुजरी नू पुछ दे सवाल जी, सरसा नदी ते विछोड़ा पै गया। उस वेले ता सुन लो हाल जी, वाटा लम्मिया ते रस्ता पहाड़ दा, उम्र न्याणी दो बच्चिया दी, एक मां बुढ़ी साथ करे, बेदोषे इना निर्दोषा दा, कौन है जो इंसाफ करे। कैसी होनी ने खेडी चाल जी, गंगू पापी ओ ना दे नाल जी, सरसा नदी ते विछोड़ा पै गया। उस वेले दा सुन लो हाल जी, वाटा लम्मिया ते रस्ता पहाड़ दा, तुरे जांदे गुरां दे लाल जी, सरसा नदी ते विछोड़ा पै गया। उस वेले दा सुन लो हाल जी, उस वेले दा सुन लो।